ਮੁਲਕ ਤਾਂ ਕੋਈ ਵੀ ਚੰਗਾ ਤੇ ਮਾੜਾ ਨਹੀਂ ਹੁੰਦਾ ਉਸ ਨੂੰ ਚੰਗਾ ਤੇ ਮਾੜਾ ਉੱਥੋਂ ਦੀ ਚੰਗੀ ਮਾੜੀ ਵਿਵਸਥਾ ਤੇ ਲੋਕਾਂ ਦੀਆਂ ਹਰਕਤਾਂ ਬਣਾਉਂਦੀਆਂ ਨੇ ਕੈਨੇਡਾ ਤੋਂ ਵੀ ਲਗਾਤਾਰ ਇਹ ਜੇ ਮਾਮਲੇ ਸਾਹਮਣੇ ਆ ਰਹੇ ਨੇ ਜੋ ਕਿ ਨਾ ਸਿਰਫ ਬਾਹਰ ਜਾਣ ਵਾਲੇ ਪੰਜਾਬੀਆਂ ਦਾ ਰਾਹ ਬੰਦ ਕਰਵਾ ਸਕਦੇ ਨੇ ਸਗੋਂ ਉੱਥੇ ਸੈਟਲ ਹੋਏ ਲੋਕਾਂ ਲਈ ਵੀ ਮੁਸ਼ਕਲਾਂ ਪੈਦਾ ਕਰ ਰਹੇ ਨੇ ਤਾਨੂੰ ਦੱਸ ਦੇ ਕਿ ਕੈਨੇਡਾ ਵਿੱਚ ਆ ਕੇ ਜਿੱਥੇ ਬਹੁਤ ਸਾਰੇ ਪੰਜਾਬੀ ਹੱਟਪਨਵੀ ਮਿਹਨਤ ਕਰਕੇ ਆਪਣਾ ਨਾਮ ਕਮਾਉਂਦੇ ਨੇ ਉੱਥੇ ਕੁਝ ਜਏ ਵਿਦਿਆਰਥੀ ਵਰਗ ਦੇ ਨੌਜਵਾਨ ਵੀ ਨੇ ਜੋ ਕਿ ਆਪਣੀਆਂ ਫੁਕਰੀਆਂ ਦੇ ਲਈ ਮਸ਼ਹੂਰ ਹੋ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਦੂਜਿਆਂ ਦੇ ਲਈ ਪਰੇਸ਼ਾਨੀ ਦਾ ਸਬਬੀ ਬਣਦੇ ਰਹਿੰਦੇ ਨੇ ਅਜੈ ਇੱਕ ਤਾਜ਼ਾ ਵੀਡੀਓ ਆਈ ਹੈ ਬਸਪੋਰਟ ਦੇ ਬਰੋਡਵੇ ਸਟਰੀਟ ਦੇ 2300 ਬਲਾਕ ਤੋਂ ਇੱਥੇ ਇੱਕ ਬੇਹਦੀ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਕਈ ਨੌਜਵਾਨਾਂ ਦੇ ਸਮੂਹ ਦੇ ਵੱਲੋਂ ਇੱਕ ਘਰ ਦੇ ਅਤੇ ਉਸਦੇ ਅੱਗੇ ਖੜੀਆਂ ਚਾਰ ਗੱਡੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ ਪੁਲਿਸ ਦੇ ਅਨੁਸਾਰ ਜਦੋਂ ਇਹ ਹਿੰਸਕ ਕਾਰਵਾਈ ਚੱਲ ਰਹੀ ਸੀ ਤਾਂ ਇੱਕ ਗਵਾਹ ਨੇ 911 ਨੂੰ ਬੁਲਾਇਆ ਅਤੇ ਜਦੋਂ ਤੱਕ ਅਪਰਾਧੀ ਪਹੁੰਚੇ ਤਾਂ ਚਾਰ ਵਾਨਾਂ ਅਤੇ ਘਰ ਨੂੰ ਵਿਆਪਕ ਸੰਪਤੀ ਦਾ ਨੁਕਸਾਨ ਹੋ ਚੁੱਕਿਆ ਸੀ। ਇਹ ਵੀਡੀਓ ਜਿਹੜੀ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਅਸੀਂ ਪੂਰੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ। ਇਸ ਦੇ ਵਿੱਚ ਜਿਹੜੇ ਨੌਜਵਾਨ ਦਿਖ ਰਹੇ ਨੇ ਉਹ ਦੋ ਗੱਡੀਆਂ ਦੇ ਵਿੱਚ ਭਰ ਕੇ ਆਉਂਦੇ ਨੇ ਅਤੇ ਘਰ ਦੇ ਅੱਗੇ ਖੜੀਆਂ ਮਹਿੰਗੀਆਂ ਗੱਡੀਆਂ ਦੇ ਉੱਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਨੇ। ਇਸ ਤੋਂ ਬਾਅਦ ਇਹਨਾਂ ਨੇ ਕਈ ਘਰ ਦੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਾਇਆ। ਇਹ ਵੀਡੀਓ ਖੁਦ ਐਬਸਫੋਰਡ ਪਾਲਸ ਨੇ ਜਾਰੀ ਕੀਤੀ ਹੈ ਜੋ ਕਿ ਉਸ ਘਰ ਦੀ ਸੀਸੀਟੀਵੀ ਕੈਮ ਦੀ ਵੀਡੀਓ ਹੈ। ਭਾਵੇਂ ਇਸ ਵੀਡੀਓ ਦੇ ਵਿੱਚ ਇਹ ਕਲੀਅਰ ਨਹੀਂ ਹੁੰਦਾ ਕਿ ਨੌਜਵਾਨ ਕਿਹੜੇ ਮੁੱਲ ਦੇ ਨੇ ਪਰ ਜਿਸ ਹਿਸਾਬ ਨਾਲ ਇਹ ਹੁੱਲੜਬਾਜ਼ੀ ਹੋਈ ਹੈ ਤਾਂ ਅੰਦਾਜ਼ੇ ਹੀ ਲਾਈ ਜਾ ਰਹੇ ਨੇ ਕਿ ਇਹ ਗਰਮ ਸੁਭਾਅ ਦੇ ਪੰਜਾਬੀ ਮੁੰਡੇ ਨੇ ਜਦੋਂ ਤੱਕ ਤੁਹਾਨੂੰ ਦੱਸ ਦਈਏ ਕਿ ਮੌਕੇ ਤੇ ਪੁਲਿਸ ਪਹੁੰਚੀ ਸੀ ਤਾਂ ਇਹ ਨੌਜਵਾਨ ਉਕਤ ਘਰ ਅਤੇ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਾ ਚੁੱਕੇ ਸੀ ਇਲਾਕਾ ਨਿਵਾਸੀ ਇਸ ਘਟਨਾ ਤੋਂ ਬਾਅਦ ਕਾਫੀ ਘਬराई ਹੋਏ ਨੇ ਪੁਲਿਸ ਨੇ ਇਸ ਘਟਨਾ ਨੂੰ ਟਾਰਗੇਟਡ ਦੱਸਿਆ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਸ਼ੱਕੀ ਵਿਅਕਤੀਆਂ ਜਾਂ ਫਿਰ ਉਹਨਾਂ ਦੇ ਵਾਹਨਾਂ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਐਬਸਫੋਰਡ ਪੁਲਿਸ ਨੂੰ 6048595225 ਤੇ ਕਾਲ ਕਰਨ ਅਤੇ ਫਾਈਲ ਕੰਪਲੇਂਟ ਦੇ ਲਈ 202318 947 ਦਾ ਹਵਾਲਾ ਦਿਨ ਲਈ ਕਿਹਾ ਗਿਆ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਬ੍ਰੈਮਟਨ ਦੇ ਵਿੱਚ ਕਈ ਸ਼ਲਾਰੂਆਂ ਨੇ ਗਾ ਪਾਇਆ ਹੋਇਆ ਸੀ ਤੇ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਉਹ ਗਰਮ ਖੂਨ ਦੇ ਪੰਜਾਬੀ ਮੁੰਡੇ ਹੀ ਨਿਕਲੇ ਨੇ ਤੋਂ ਦੱਸਿਆ ਕਿ ਕੈਨੇਡਾ ਦੇ ਵਿੱਚ ਬ੍ਰੈਮਟਨ ਜੋ ਕਿ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ ਹੈ ਉੱਥੇ 28 ਅਗਸਤ 2022 ਚ ਨੌਜਵਾਨਾਂ ਦੇ ਦੋ ਗੁੱਟਾਂ ਦੇ ਵਿਚਾਲੇ ਲੜਾਈ ਹੋਊਗੀ ਸੀ ਅਤੇ ਉਹਦੀ ਵੀਡੀਓ ਸਾਹਮਣੇ ਆਈ ਸੀ ਇਹ ਟਕਰਾ ਇੰਨਾ ਵੱਧ ਗਿਆ ਕਿ ਇੱਕ ਧਿਰ ਅਤੇ ਦੂਜੇ ਧਿਰ ਤੇ ਕਿਰਪਾਨਾਂ ਤੱਕ ਨਾਲ ਹਮਲਾ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਪੀਲ ਪੁਲਿਸ ਨੇ ਵੁੱਡਸਟਾਕ ਦੇ ਵਾਸੀ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ Ontario ਦੀ Peel Region Police ਦੇ ਜਾਂਚ ਕਰਤਾਵਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ Brampton ਦੇ Steels Avenue ਅਤੇ McField Road ਖੇਤਰ ਵਿੱਚ ਹੋਈ ਲੜਾਈ ਦੇ ਮਾਮਲੇ 'ਚ ਪੰਜਾਬੀਆਂ ਨੂੰ ਹਿਰਾਸਤ ਚ ਲੈ ਲਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਇੰਨੀ ਕਾ ਜ਼ਿਆਦਾ ਵਾਇਰਲ ਹੋਈ ਜਿਸ 'ਚ ਪੰਜਾਬੀ ਨੌਜਵਾਨ ਪਾਰਕਿੰਗ ਲੋਟ 'ਚ ਲੜਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ Surrey ਤੋਂ ਵੀ ਆਈ ਸੀ ਇੱਕ ਵੀਡੀਓ ਸਾਹਮਣੇ ਜਿੱਥੇ ਪੰਜਾਬੀ ਪੁਲਿਸ ਵਾਲੇ ਦੇ ਨਾਲ ਹੀ ਪੜ ਗਏ ਸੀ। ਇਸ ਤੋਂ ਬਾਅਦ ਬਹੁਤ ਸਾਰੇ ਪੰਜਾਬੀਆਂ ਦੇ ਡਿਪੋਰਟ ਹੋਣ ਦੀਆਂ ਖਬਰਾਂ ਸੁਰਖੀਆਂ ਦੇ ਵਿੱਚ ਬਣ ਗਈਆਂ ਸੀ ਇਸ ਤੋਂ ਬਾਅਦ ਹੀ ਲਗਾਤਾਰ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਦੋਂ ਇੱਥੋਂ ਦਾ ਪੰਜਾਬੀ ਨੌਜਵਾਨਾਂ ਨੂੰ ਘਰ ਦੇ ਤੋਰ ਦਿੰਦੇ ਨੇ ਕਿ ਉਹ ਵਧੀਆ ਭਵਿੱਖ ਲਈ ਬਾਹਰ ਜਾ ਰਹੇ ਨੇ ਪਰ ਉੱਥੇ ਜਾ ਕੇ ਉਹ ਅਜਿਹੀਆਂ ਮਾੜੀਆਂ ਕਰਤੂਤਾਂ ਤੇ ਪੈ ਜਾਂਦੇ ਨੇ ਇਹ ਸਾਰੀਆਂ ਵੀਡੀਓਜ਼ ਦੇਖਣ ਤੋਂ ਬਾਅਦ ਇਹ ਜੀ ਜਾਪਦਾ ਹੈ ਕਿ ਇਸ ਤੋਂ ਬਾਅਦ ਕੈਨੇਡਾ ਦੀ ਪੁਲਿਸ ਭਾਰਤੀ ਨਹੀਂ ਬਲਕਿ ਪੰਜਾਬੀ ਮੂਲ ਦੇ ਨੌਜਵਾਨਾਂ ਦੀਆਂ ਰਿਪੋਰਟਾਂ ਪੂਰੀ ਤਰ੍ਹਾਂ ਆਪਣੀਆਂ ਫਾਈਲਾਂ 'ਚ ਰੱਖੇਗੀ ਅਤੇ ਪੰਜਾਬੀਆਂ ਨੂੰ ਉੱਥੇ ਆਉਣ ਦੇ ਬੁਲਾਵੇ ਦੇਣ ਤੋਂ ਕੁਰੇਸ ਕਰਨਾ ਸ਼ੁਰੂ ਕਰ ਦੇਵੇਗੀ ਜੇਕਰ ਅਸੀਂ ਚਾਹਨੇ ਆ ਕਿ ਸਾਡੇ ਪੰਜਾਬੀਆਂ ਦਾ ਨਾਮ ਸਿਰਫ ਉੱਚਾਈ ਉੱਠਦਾ ਰਹੇ ਤਾਂ ਫਿਰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਅਕਲ ਬਖਸ਼ੀ ਜਾਵੇ ਇਹ ਅਜਿਹੀਆਂ ਹਰਕਤਾਂ ਕਰਨ ਤੋਂ ਪਹਿਲਾਂ 100 ਵਾਰ ਸੋਚਣ ਕਿਉਂਕਿ ਇਹਦੇ ਨਾਲ ਸਿਰਫ ਉਹਨਾਂ ਦਾ ਉਹਨਾਂ ਦਾ ਪਰਿਵਾਰ ਦਾ ਨੁਕਸਾਨ ਨਹੀਂ ਹੁੰਦਾ ਬਲਕਿ ਪੂਰੇ ਭਾਈਚਾਰੇ ਨੂੰ ਸੱਟ ਵੱਜਦੀ ਹੈ ਬਿਊਰੋ ਰਿਪੋਰਟ ਚਾਨਾ ਪੰਜਾਬੀ